बहुत बहुत स्वागत है स्टूडेंट सारे का। सो ऑस्ट्रेलिया 2024 किवें रहेगा, की नवे अपडेट्स होंगे अज सारे थोड़े नाल शेयर कराने। अज के साथ गैसट ने ब्रॉडवे इमीग्रेशन के मैनेजिंग डायरेक्टर अमरजीत सिंह कंवर। कंवर साहब बहुत बहुत स्वागत है। थैंक यू दीपक जी, प्रोग्राम देख रहे सारे दोस्तों सत श्रीकाल। सो कंवर साहब, GST आ रहा है तो GT जा रहा है, इन्होंने देख के ऐ लगता कितने ना कि ऑस्ट्रेलिया USA नूं फॉलो कर लगा। देखो जी नहीं, US ਨੂੰ ਤਾਂ ਨਹੀਂ ਫੋਲੋ ਕਰਨ ਲੱਗਾ, ਬਟ ਕਿਉਂਕਿ US ਇੰਟਰਵਿਊ ਲੈਂਦਾ ਇਹ ਘਰ ਬੈਠੇ ਦੀ ਇੰਟਰਵਿਊ ਲੈ ਘਰ ਬੈਠੇ ਦੀ ਲੈਣਗੇ, ਉਹ ਇੱਕ ਪੈਟਰਨ ਜ਼ਰੂਰ ਆਊਗਾ। ਬਟ ਆਸਟ੍ਰੇਲੀਆ ਨੇ ਪਿਛਲੇ 1 ਸਾਲ ਤੋਂ ਕੀਤੀ ਪਰੇਸ਼ਾਨੀ ਪੈਦਾ ਹੋਈ ਹੈ, ਜਾਂ ਤੇ ਉਹਦੇ ਆਪ ਨਹੀਂ ਸਮਝ ਆ ਰਿਹਾ ਤੇ ਜਾਂ ਉਹ ਦੂਜਿਆਂ ਦੇ ਸਮਝ ਨਹੀਂ ਆਉਣ ਦੇਣਾ ਚਾਹੁੰਦਾ, ਕਿਉਂਕਿ ਇਹੀ ਕਾਰਨ ਹੈ ਕਿ ਇਹਦੇ ਤੇ ਬਹੁਤ ਘੱਟ ਕੰਟੈਂਟ ਬਣ ਰਿਹਾ ਅੱਜ ਦੀ ਡੇਟ 'ਚ। ਬਹੁਤ ਘੱਟ ਏਜੰਟ ਆਸਟ੍ਰੇਲੀਆ ਕਰਕੇ ਖੁਸ਼ ਨੇ, ਜਿਹੜੇ ਕਰ ਰਹੇ ਨੇ ਉਹ ਆਸਟ੍ਰੇਲੀਆ ਕਰਨ ਲਈ ਆਸਟ੍ਰੇਲੀਆ ਨਹੀਂ ਕਰ ਰਹੇ, ਉਹ ਜ਼ਿਆਦਾਤਰ ਫੰਡਾਂ ਦੇ ਨਾਂ ਤੇ ਪੈਸੇ ਕਮਾਉਣ ਲਈ ਆਸਟ੍ਰੇਲੀਆ ਕਰ ਰਹੇ, ਕਿਉਂਕਿ ਆਸਟ੍ਰੇਲੀਆ ਚਾਹੇ GT 'ਚ ਕਰ ਲਓ ਚਾਹੇ GST 'ਚ ਕਰ ਲਓ, ਐਂਡ 'ਚ ਤੁਹਾਨੂੰ ਫੰਡ ਚਾਹੀਦੇ ਆ, ਤੇ ਬਹੁਤੇ ਏਜੰਟਾਂ ਦੀ ਕਮਾਈ ਸਿਰਫ ਪੈਸੇ ਜਿਹੜੇ ਪਹਿਲਾਂ ਲੈ ਲਏ ਕਿਸੇ ਚੀਜ਼ ਦੇ ਨਾਮ ਤੋਂ ਉਹਦੇ ਤੋਂ ਹੀ ਆ, ਬਾਅਦ 'ਚੋਂ ਘੱਟ। ਆਸਟ੍ਰੇਲੀਆ ਦੇ ਵਿੱਚ ਪਰੇਸ਼ਾਨੀਆਂ ਜਿਹੜੀਆਂ ਚੱਲ ਰਹੀਆਂ ਉਹ ਚੱਲਦੀਆਂ ਰਹਿਣਗੀਆਂ। ਅਸਲ 'ਚ ਜੇ ਤੁਸੀਂ ਹੱਲ ਚਾਹੁੰਦੇ ਹੋ ਕਿ ਚਾਹੇ GT ਹੋਵੇ ਤੇ ਚਾਹੇ GST ਹੋਵੇ, ਸੌਖਾ ਕਿਹਨੂੰ ਹੋਣਾ, ਸਿਸਟਮ ਕਿਹਦੇ ਲਈ ਸੌਖਾ। ਦੇਖੋ ਆਸਟ੍ਰੇਲੀਆ ਦੀ ਸਟਰਗਲ ਤੇ ਲੜਾਈ ਤੁਹਾਡੇ ਨਾਲ ਇੱਕ ਹੀ ਹੈ, ਜੈਨੂਅਨ ਡਾਕੂਮੈਂਟੇਸ਼ਨ ਨੂੰ ਲੈ ਕੇ। ਹੋਰ ਸਮਝ ਲਓ, ਕਰੋ ਅਪਲਾਈ ਜਿੱਥੋਂ ਮਰਜ਼ੀ ਜਿੱਦਾਂ ਮਰਜ਼ੀ, ਹੋਰ ਸਮਝ ਲਓ ਕਿ ਉਹਦੀ ਪ੍ਰੋਬਲਮ ਇੱਕ ਹੀ ਹੈ ਕਿ ਜੈਨੂਅਨ ਡਾਕੂਮੈਂਟ ਨਹੀਂ। ਹੁਣ ਇੱਕ ਹੁੰਦੇ ਤੁਹਾਡੇ ਪੜ੍ਹਾਈ ਵਾਲੇ ਡਾਕੂਮੈਂਟ, ਵੀ ਕਈ ਉਹ ਫੇਕ ਬਣਾਉਂਦੇ ਨੇ, ਉਹ ਤੁਸੀਂ ਬਣਾਉਂਦੇ ਹੋ ਅਗਲੇ ਵੈਰੀਫਾਈ ਕਰਦੇ ਰਹਿਣਗੇ, ਫੇਕ ਨਿਕਲਣਗੇ, ਤੁਹਾਨੂੰ ਰਿਫਿਊਜ਼ਲ ਆ ਜਾਏਗੀ, ਉਹ ਵੱਖਰਾ ਮਸਲਾ, ਉਹਨੂੰ ਛੱਡੋ। ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਨੂੰ ਡਾਊਟ ਹੁੰਦਾ ਉਹ ਤੁਹਾਡੇ ਫੰਡਾਂ ਨੂੰ ਲੈ ਕੇ ਹੁੰਦਾ। ਹੁਣ ਆਸਟ੍ਰੇਲੀਆ ਕੀ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਫੰਡ ਦਾ ਕਨੈਕਸ਼ਨ ਤੁਹਾਡੀ ਇਨਕਮ ਨਾਲ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਉਹਦਾ ਮੰਨਣਾ ਹੈ ਕਿ ਜੇ ਕਿਸੇ ਕੋਲ 50 ਲੱਖ ਹੈ ਤੇ ਉਹ 50 ਲੱਖ ਕਿੱਥੋਂ ਆਇਆ, ਜੇ ਉਹਦਾ ਹੈ ਬੈਂਕ 'ਚ ਪਿਆ ਹੈ ਤਾਂ ਮਤਲਬ ਕਿਸੇ ਦਾ ਵਾਈਟ ਤਰੀਕੇ ਆਇਆ ਹੋਊਗਾ। ਸੋ ਜਦੋਂ ਕਲੇਮ ਕਰ ਰਹੇ ਹੋ ਤੁਸੀਂ ਕਿ ਆਹ ਮੇਰੇ ਬੈਂਕ 'ਚ ਜੀ 30 ਲੱਖ ਹੈਗਾ, ਤਾਂ ਅਗਲੇ ਕਹਿੰਦੇ ਵੀ ਤੇਰੇ ਕੋਲ 30 ਲੱਖ ਆਇਆ ਕਿੱਦਾਂ। ਹੁਣ ਉਹ ਆਇਆ ਕਿੱਦਾਂ ਦੀ ਜਿਹੜੀ ਸਟੋਰੀ ਹੈ ਉਹ ਹੁਣ ਪਹਿਲਾਂ ਕੱਚੀਆਂ ਸਟੋਰੀਆਂ ਚੱਲ ਜਾਂਦੀਆਂ ਸੀ, ਹੁਣ ਆਸਟ੍ਰੇਲੀਆ 'ਚੋਂ ਕੱਚੀਆਂ ਸਟੋਰੀਆਂ ਨਹੀਂ ਚੱਲਦੀਆਂ, ਕਿ ਜਿੱਦਾਂ ਲੋਕਾਂ ਨੇ ਰਿਟਰਨ ਫਾਈਲ ਕਰਤੀ ਜੀ, ਲੋ ਜੀ ਆਹ ਰਿਟਰਨ ਦਿਖਾਤੀ ਜੀ, ਨਾਲ ਇਨਕਮ 10 ਲੱਖ ਦੀ ਹੋ ਗਿਆ। ਇਹ ਕੈਨੇਡਾ 'ਚ ਅੱਜ ਵੀ ਚੱਲਦਾ ਹੈ, UK 'ਚ ਚਲੋ ਲਾਉਣੀ ਨਹੀਂ ਪੈਂਦੀ, ਪਰ ਆਸਟ੍ਰੇਲੀਆ 'ਚ ਇੱਦਾਂ ਨਹੀਂ ਚੱਲਦਾ, ਕਿਉਂਕਿ ਆਸਟ੍ਰੇਲੀਆ ਕੀ ਕਰਦਾ ਹੈ ਕਿ ਉਹ ਤੁਹਾਡੇ ਇਨਕਮ ਦੇ ਡਾਕੂਮੈਂਟਸ ਨੂੰ ਚੈੱਕ ਕਰਦਾ ਕਿ ਭਾਈ ਇਹਦੇ 'ਚ ਇੰਨੀ ਸਪੇਸ ਹੈਗੀ ਸੀ ਵੀ ਇਹਦੇ 'ਚ 30 ਲੱਖ ਜੁੜ ਸਕਦਾ, ਪਹਿਲੀ ਚੀਜ਼ ਆ। ਔਰ ਦੂਸਰਾ ਜਿਹੜਾ ਇਨਕਮ ਦਾ ਸੋਰਸ ਦਿਖਾ ਰਿਹਾ ਬੰਦਾ ਕੀ ਉਹ ਸਹੀ ਹੈ, ਤਾਂ ਮਤਲਬ ਨੋਰਮਲੀ ਕੀ ਕਰਦੇ ਆ ਲੋਕ ਕਿ ਜਿੱਦਾਂ ਮਦਰ ਦੀ ਰਿਟਰਨ ਫਾਈਲ ਕਰਤੀ ਬਿਊਟੀ ਪਾਰਲਰ ਦੇ ਨਾਂ 'ਤੇ, ਫਾਦਰ ਦੀ ਕਰਤੀ ਕਰਿਆਨੇ ਦੇ ਸਟੋਰ ਦੇ ਨਾਮ 'ਤੇ, ਹੁਣ ਆਹ ਚੀਜ਼ਾਂ ਉੱਥੇ ਖੜੀਆਂ ਨਹੀਂ ਹੁੰਦੀਆਂ। ਅਗਲੇ ਕਹਿੰਦੇ ਜੀ ਜੇ ਤੁਹਾਡੀ ਕੰਪਨੀ ਹੈ ਕੋਈ ਵੀ ਤਾਂ ਉਹ MSME ਇੱਕ ਬੋਡੀ ਹੁੰਦੀ ਹੈ ਇੰਡੀਆ ਦੀ, ਮੀਡੀਅਮ ਐਂਡ ਸਮਾਲ ਸਾਈਜ਼ ਇੰਡਸਟਰੀ, ਉਹਦੇ ਅੰਦਰ ਉਹ ਰਜਿਸਟਰਡ ਹੋਣੀ ਚਾਹੀਦੀ ਹੈ, ਫਿਰ ਉਹ ਰਜਿਸਟਰੇਸ਼ਨ ਵਾਲਾ ਪ੍ਰੋਸੈਸ ਤੁਹਾਡੇ ਲਈ ਵੱਡਾ ਹੋ ਜਾਂਦਾ। ਫਿਰ ਤੁਸੀਂ 1 ਸਾਲ 2 ਸਾਲ 3 ਸਾਲ ਦੀਆਂ ਰਿਟਰਨਾਂ ਬਣਾ ਦਿੰਦੇ ਹੋ, ਉਹ ਵੀ ਨਹੀਂ ਉਹਨਾਂ ਨੂੰ ਹਜ਼ਮ ਹੁੰਦੀਆਂ ਕਿ ਤੁਸੀਂ ਹਰ, ਜੇ ਨੋਰਮਲ ਬੰਦਾ ਬਿਜ਼ਨਸਮੈਨ ਹੈ ਉਹ ਹਰ ਸਾਲ ਰਿਟਰਨ ਦਊਗਾ, ਵੀ 1 ਸਾਲ 'ਚ 3 ਸਾਲ ਦੀਆਂ ਰਿਟਰਨਾਂ ਕਿਉਂ ਦਊਗਾ ਜੁਰਮਾਨੇ ਭਰ ਕੇ, ਮੈਂ ਤਾਂ ਮਤਲਬ ਵੀ ਇਹ ਜੈਨੂਇਨ ਨਹੀਂ ਹੈ। ਸੋ ਇੱਦਾਂ ਦੇ ਕਈ ਪ੍ਰੋਬਲਮਸ ਦੇ ਕਰਕੇ ਬੱਚੇ ਮੁਸ਼ਕਲ ਫੇਸ ਕਰਦੇ ਆ। ਹੁਣ ਇਹਦੇ 'ਚ ਵੀਜ਼ਾ ਕੌਣ ਕੱਢਦਾ? ਵੀਜ਼ਾ ਕੱਢਦੇ ਨੇ ਜ਼ਿਆਦਾਤਰ ਬਿਜ਼ਨਸ ਕਲਾਸ ਦੇ ਬੱਚੇ, ਜਿਨ੍ਹਾਂ ਦੇ ਪੇਰੈਂਟਸ ਬਿਜ਼ਨਸਮੈਨ ਹੈ, ਰੈਗੂਲਰ ਨੋਰਮਲ ਔਰ ਆਪਣੀਆਂ ਟਾਈਮ ਸਿਰ ਰਿਟਰਨਾਂ ਫਾਈਲ ਕਰਦੇ ਨੇ, ਅੱਛੀਆਂ ਰਿਟਰਨਾਂ ਫਾਈਲ ਕਰਦੇ ਨੇ, ਜਿਨ੍ਹਾਂ ਨੂੰ ਕੁਛ ਬਣਾਉਣਾ ਨਹੀਂ ਪੈਂਦਾ। ਦੂਸਰੇ ਗਵਰਨਮੈਂਟ ਇੰਪਲੋਈਸ, ਉਹਨਾਂ ਦੇ ਫਾਰਮ 16 ਹੁੰਦੇ ਨੇ, ਉਹ ਵੀ ਇੱਕ ਜੈਨੂਇਨ ਉਹਨਾਂ ਦਾ ਹੁੰਦਾ ਹੈ ਪ੍ਰੋਫਾਈਲ, ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ। ਮੁਸ਼ਕਲ ਆਉਂਦੀ ਹੈ ਫਾਰਮਿੰਗ ਕਲਾਸ ਨੂੰ ਵੀ ਆਉਂਦੀ ਹੈ, ਮੁਸ਼ਕਲ ਨੋਰਮਲ ਪ੍ਰਾਈਵੇਟ ਸਰਵਿਸ ਕਲਾਸ ਨੂੰ ਵੀ ਆਉਂਦੀ ਹੈ, ਜਿਹੜੇ ਰਿਟਰਨ ਦੇ ਸਿਸਟਮ ਨੂੰ ਫੋਲੋ ਨਹੀਂ ਕਰਦੇ। ਔਰ ਇਹ ਮੈਂ ਤੁਹਾਨੂੰ ਵੈਸੇ ਵੀ ਕਹੂੰਗਾ ਕਿ ਆਉਣ ਵਾਲੇ ਸਮੇਂ ਦੇ ਹਿਸਾਬ ਨਾਲ ਆਪਣੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਸੈੱਟ ਕਰ ਲਓ, ਇਹਦੇ ਤੋਂ ਭੱਜੋਗੇ ਤਾਂ ਵੀਜ਼ੇ ਤੁਹਾਡੇ ਤੋਂ ਦੂਰ ਚਲੇ ਜਾਣਗੇ। ਇਹ ਆਉਣ ਵਾਲੇ ਦਿਨਾਂ 'ਚ ਪੰਗੇ ਸਾਰੇ ਜਗ੍ਹਾ 'ਤੇ ਹੌਲੀ ਹੌਲੀ ਫੈਲਣਗੇ। ਕੈਨੇਡਾ 'ਚ ਵੀ ਲਿਸਟ ਦੇਖੀ ਹੈ ਅਤੇ ਉਹਦੇ ਵਿੱਚ ਕਿਤੇ ਨਹੀਂ ਜ਼ਰੂਰੀ ਵੀ ਤੁਸੀਂ ITR ਲਾਉਣੀ ਹੈ, ਪਰ ਮੈਨੂੰ ਨਹੀਂ ਲੱਗਦਾ ਕੋਈ ਏਜੰਟ ਤੁਹਾਡੀ ਫਾਈਲ ਬਿਨਾਂ ITR ਤੋਂ ਲਾਉਂਦਾ, ਸਾਰੇ ਹੀ ਲਾਉਂਦੇ ਨੇ, ਕਿਉਂਕਿ ਕਿਤੇ ਨਾ ਕਿਤੇ ਉਹ ਅਫੈਕਟ ਕਰਦੀ ਹੈ ਤੁਹਾਡੇ ਵੀਜ਼ੇ 'ਤੇ। ਇਹ ਬਹੁਤ ਸਾਰੇ ਜਾਣਿਆਂ ਨੇ ਐਕਸਪੀਰੀਅੰਸ ਕੀਤਾ ਹੋਇਆ। ਇਸ ਮੁੱਦੇ 'ਤੇ ਤੁਹਾਨੂੰ ਮੇਨ ਰਹਿਣਾ। ਹੁਣ GTE ਦੇ ਅੰਦਰ ਉਹਨਾਂ ਦਾ ਜਿਹੜਾ ਅਸੈਸਮੈਂਟ ਵਾਲਾ ਪਾਰਟ ਸੀ ਉਹਨਾਂ ਨੇ ਯੂਨੀਵਰਸਿਟੀਆਂ 'ਤੇ ਛੱਡਿਆ ਸੀ, ਕਾਲਜਾਂ 'ਤੇ ਛੱਡਿਆ ਸੀ। ਉਹਦੇ ਵਿੱਚ ਹੁਣ ਉਹਨਾਂ ਨੇ ਦੇਖਿਆ ਕਿ ਆ ਜਿਹੜੀਆਂ ਯੂਨੀਵਰਸਿਟੀਆਂ ਨੇ ਕਾਲਜ ਨੇ, ਇਹ ਆਪ ਹੀ ਮਿਲੀ ਭਗਤ ਹੋ ਜਾਂਦੇ ਨੇ, ਕਿਉਂਕਿ ਕਾਲਜਾਂ ਨੇ ਬੱਚੇ ਲੈਣੇ ਆ, ਉਹ GT ਦੇ ਨਾਂ 'ਤੇ ਦੇਖਣ ਕੁਛ ਨਹੀਂ ਡੇ, ਉਹ ਨਹੀਂ ਦੇਖਦੇ, ਐਮਬੈਸੀ ਦੀ ਫਿਰ ਸਿਰਦਰਦੀ ਵੱਧ ਜਾਂਦੀ ਹੈ ਫਾਈਲ ਚੈੱਕ ਕਰਨ ਦੀ ਉਨੀ ਜ਼ਿਆਦਾ, ਤਾਂ ਉਹਨਾਂ ਨੂੰ ਲੱਗਦਾ ਕਿ ਜਿੰਨੀਆਂ ਫਾਈਲਾਂ ਸਾਡੇ ਕੋਲ ਆ ਰਹੀਆਂ ਪਈ ਆ ਅਤੇ 90 ਤਾਂ ਸਾਨੂੰ ਪੜ੍ਹਨੀਆਂ ਪੈ ਰਹੀਆਂ, ਵੀ ਉਹ ਹੈ ਹੀ ਇੱਦਾਂ ਦੀਆਂ ਵੀ ਏਜੰਟ ਨੇ ਪੜ੍ਹੀਆਂ, ਯੂਨੀਵਰਸਿਟੀ ਨੇ ਜਾਂ ਕਾਲਜ ਨੇ ਪੜ੍ਹੀਆਂ ਹੀ ਨਹੀਂ ਆ, ਕਿਉਂਕਿ ਪ੍ਰਾਈਵੇਟ ਕਾਲਜਾਂ 'ਚ ਵੀ ਫਾਈਲਾਂ ਲੱਗਦੀਆਂ ਨੇ।
ਸੋ ਹੁਣ ਉਹਨਾਂ ਨੇ ਉਹ ਸਿਸਟਮ ਨੂੰ ਬਾਈਕਾਟ ਕਰਨ ਤੇ ਲੱਗੇ ਹੋਏ ਨੇ ਔਰ ਸਿਸਟਮ ਲਿਆ ਰਹੇ ਨੇ GST ਜਿਹਦੇ ਵਿੱਚ ਜੋ ਵੀ ਤੁਸੀਂ ਡਾਕੂਮੈਂਟਸ ਦਵੋਗੇ ਹੁਣ ਅੰਬੈਸੀ ਸਿੱਧੀ ਤੁਹਾਡੇ ਨਾਲ ਗੱਲ ਕਰੇਗੀ ਉਹ ਕਹਿੰਦੇ ਜੋ ਦੇਣਾ ਦੇ ਦਿਓ ਅਸੀਂ ਗੱਲ ਤੁਹਾਡੇ ਨਾਲ ਕਰਾਂਗੇ ਕਿਹੜੇ ਡਾਕੂਮੈਂਟ ਨੇ ਕਾਹਦੇ ਦਿੱਤੇ ਨੇ ਕਿੱਥੋਂ ਆਏ ਨੇ ਕੀ ਆਏ ਨੇ ਤੁਹਾਡੇ ਕੋਲ ਜਵਾਬ ਹੋਣਾ ਚਾਹੀਦਾ ਸੋ ਜੇ ਕੋਈ ਚੀਜ਼ ਤੁਸੀਂ ਇੱਦਾਂ ਦੀ ਬਣਾਈ ਹੈ ਜਿਹਦਾ ਜਵਾਬ ਤੁਹਾਡੇ ਬੱਚੇ ਕੋਲ ਹੈ ਨਹੀਂ ਤੇ ਤੁਸੀਂ ਰਿਟਰਨਾਂ ਬਣਾ ਕੇ ਲਾਤੀਆਂ ਤੇ ਉਹ ਮੁਸ਼ਕਲ ਆਏਗੀ ਔਰ ਜਿਹੜਾ ਜੈਨੂਇਨ ਬੱਚਾ ਹੋਏਗਾ ਜਿਹਦੇ ਪੇਰੈਂਟਸ ਬਿਜ਼ਨਸ ਕਰਦੇ ਆ ਸਰਵਿਸ ਕਰਦੇ ਆ ਉਹਨੇ ਸੱਚ ਬੋਲਣਾ ਉਹਦੇ ਅੰਦਰ ਕੋਈ ਘਬਰਾਹਟ ਨਹੀਂ ਹੈ ਔਰ ਜਿਹੜਾ ਉੱਪਰ ਥੱਲੇ ਕਰੇਗਾ ਉਹਦੀ ਗੱਲ ਹੀ ਨਹੀਂ ਜੁੜਨੀ ਅੱਗੇ ਪਿੱਛੇ ਸੋ ਆਹ ਜਿਹੜੀਆਂ ਪਰੇਸ਼ਾਨੀਆਂ ਆਉਣ ਵਾਲੇ ਦਿਨਾਂ 'ਚ ਹੋਣਗੀਆਂ ਆਸਟ੍ਰੇਲੀਆ ਇਹੋ ਜਿਹੇ ਸੌਖਾ ਨਹੀਂ ਹੋਏਗਾ ਔਖਾ ਹੀ ਹੋਏਗਾ ਪਰੇਸ਼ਾਨ ਹੀ ਕਰੇਗਾ ਦੂਸਰੀ ਗੱਲ ਇਹ ਹੈ ਕਿ GT 'ਚ ਟਾਈਮ ਵੀ ਬਹੁਤ ਲੱਗਦਾ ਸੀ GST GST ਨਾਲ ਥੋੜ੍ਹਾ ਫਰਕ ਪੈ ਸਕਦਾ ਹੈ ਇਹੋ ਜਿਹੇ GT ਉਹਨਾਂ ਨੇ ਸਕ੍ਰੈਪ ਨਹੀਂ ਕੀਤਾ ਹੋਊਗਾ ਸੋ GT ਨੂੰ ਜੇ ਉਹ ਸਕ੍ਰੈਪ ਕਰ ਦਿੰਦੇ ਆ ਇੱਕ ਧੰਨਵਾਦ ਤੇ ਆਪਾਂ ਜ਼ਰੂਰ ਕਰਾਂਗੇ ਭਾਈ ਕਿ ਪ੍ਰੋਸੈਸ ਸੌਖਾ ਹੋ ਜੂਗਾ ਕਿ ਆਪਾਂ ਨੂੰ ਆਫਰ ਲੈਟਰ ਆਪਾਂ ਨੂੰ COE ਆਪਣੀ ਫੀਸ ਟ੍ਰਾਂਸਫਰ ਇਹ ਜਿਹੜੇ ਮਸਲੇ ਆ ਇਹ ਸੌਖੇ ਹੋ ਜਾਣਗੇ ਔਰ ਬਾਕੀ ਦਾ ਮਸਲਾ ਅੰਬੈਸੀ ਨਾਲ ਰਹਿ ਜੂਗਾ ਉਹ ਹੋ ਸਕਦਾ ਵੀ 15 ਦਿਨਾਂ 'ਚ ਰਿਜ਼ਲਟ ਦਿੰਦੀ ਹੈ ਮਹੀਨੇ 'ਚ ਦੇ ਦੇਗੀ ਉਹਦੀ ਕੋਈ ਮਸਲਾ ਨਹੀਂ ਉਹ ਹੱਲ ਹੋ ਜਾਏਗਾ ਪਰ ਇਹ ਜਿਹੜੀ ਬੱਚਿਆਂ ਨਾਲ ਪਰੇਸ਼ਾਨੀ ਆ ਟੋਰਚਰ ਹੈ ਉਹਦੇ 'ਚ ਕੀ ਹੁੰਦਾ ਬੱਚਾ ਸਾਨੂੰ ਕੇਸ ਦੇ ਕੇ ਜਾਂਦਾ ਅੱਗੋਂ ਕੇਸ ਚੱਜ ਨਾਲ ਉਹ ਚਲਾਉਂਦੇ ਨਹੀਂ ਬੱਚਾ ਏਜੰਟ ਨੂੰ ਗਾਲਾਂ ਕੱਢਦਾ ਰਹਿ ਜਾਂਦਾ ਭਾਵੇਂ ਮੈਨੂੰ ਕੱਢ ਲਓ ਭਾਵੇਂ ਮੇਰੇ ਕਿਸੇ ਹੋਰ ਭਰਾ ਨੂੰ ਕੱਢ ਲਓ ਸਿਚੁਏਸ਼ਨ ਪਿੱਛੋਂ ਖਰਾਬ ਹੈ ਸੋ ਇਹ ਚੀਜ਼ ਤੁਹਾਨੂੰ ਕਿਤੇ ਨਾ ਕਿਤੇ ਸਮਝ ਨਹੀਂ ਪਊਗੀ ਔਰ ਆਸਟ੍ਰੇਲੀਆ ਜਿਨ੍ਹਾਂ ਨੇ ਫਾਈਲਸ ਲਾਉਣੀਆਂ ਆਈ ਐਡਵਾਈਸ ਜਿਨ੍ਹਾਂ ਦੀ ਇਨਕਮ ਵਗੈਰਾ ਫੈਮਿਲੀ ਬੈਕਗਰਾਉਂਡ ਸੈੱਟ ਨੇ ਉਹ ਬੱਚੇ ਬੇਫਿਕਰ ਹੋ ਕੇ ਫਾਈਲ ਲਾਉਣ ਜਿਨ੍ਹਾਂ ਨੇ ਇੱਦਾਂ ਇੱਦਾਂ ਆ ਭਾਈ ਉਹ ਪਹਿਲਾਂ ਸੈੱਟ ਕਰ ਲੈਣ ਉਸ ਤੋਂ ਬਾਅਦ ਸੋ ਅੱਗੇ ਵੀ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕੁਛ ਚੀਜ਼ਾਂ ਜੇ ਆਸਟ੍ਰੇਲੀਆ ਦੀ ਬਾਲ ਜਿਹੜੀ ਆਸਟ੍ਰੇਲੀਆ ਦੇ ਕੋਰਟ ਦੇ ਵਿੱਚ ਦੇਖਦੇ ਆ ਉਹ ਕੀ ਕਰਦਾ ਸੋ ਇਨਟੇਕਸ ਕਿਹੜੇ ਕਿਹੜੇ ਨੇ ਇਨਟੇਕ ਆਸਟ੍ਰੇਲੀਆ ਦਾ ਹੁਣ ਜਿਹੜਾ ਆਉਣਾ ਜੀ ਉਹਦੇ ਵਿੱਚ ਆਪਣੇ ਫੈਬ ਤਾਂ ਚਲੋ ਹੁਣ ਇੱਥੇ ਜ਼ਿਆਦਾ ਬੱਚੇ ਨਹੀਂ ਵੜ ਸਕਣੇ ਸੋ ਜਨਵਰੀ ਵਿਲ ਬੀ ਦਾ ਨੈਕਸਟ ਜੂਨ ਸੋਰੀ ਵਿਲ ਬੀ ਦਾ ਨੈਕਸਟ ਮੇਜਰ ਇਨਟੇਕ ਜਿਹਦੇ 'ਚ ਬੱਚੇ ਜਾਣਗੇ ਉਸ ਤੋਂ ਬਾਅਦ ਅਕਤੂਬਰ ਹੁੰਦਾ ਫਿਰ ਨਵੰਬਰ ਵੀ ਇਨਟੇਕ ਹੁੰਦਾ ਉਸ ਤੋਂ ਬਾਅਦ ਫਿਰ ਫੈਬਰਰੀ ਸੋ 3-4 ਤਰ੍ਹਾਂ ਦੇ ਇਨਟੇਕਸ ਹੁੰਦੇ ਅਲੱਗ ਅਲੱਗ ਜਗ੍ਹਾ 'ਤੇ ਹੁੰਦੇ ਨੇ ਕਾਲਜ ਯੂਨੀਵਰਸਿਟੀ ਆਸਟ੍ਰੇਲੀਆ 'ਚ ਮਿਕਸ ਸਿਸਟਮ ਹੈ ਤੁਸੀਂ ਕਿਤੇ ਵੀ ਜਾ ਸਕਦੇ ਹੋ ਸੋ ਉਹ ਡਿਪੈਂਡ ਕਰਦਾ ਤੁਹਾਡੇ ਪ੍ਰੋਫਾਈਲਸ ਦੇ ਅਕੋਰਡਿੰਗ ਸੋ ਸਟੂਡੈਂਟਸ ਹੁਣ ਤੱਕ ਦੇ ਇਹੀ ਅਪਡੇਟ ਨੇ 2024 ਦੇ ਤਕਰੀਬਨ ਸਾਰੇ ਅਪਡੇਟ ਆਸਟ੍ਰੇਲੀਆ ਦੇ ਅੱਜ ਤੁਹਾਡੇ ਨਾਲ ਸ਼ੇਅਰ ਕਰ ਦਿੱਤੇ ਨੇ ਅੱਗੇ ਜਿਵੇਂ ਹੀ ਕੋਈ ਚੇਂਜ ਆਊਗਾ ਆਸਟ੍ਰੇਲੀਆ ਜਿਵੇਂ ਕੁਛ ਨਵਾਂ ਕਰੇਗਾ ਤੁਹਾਡੇ ਨਾਲ ਰੈਗੂਲਰਲੀ ਸ਼ੇਅਰ ਕਰਦੇ ਰਹਾਂਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ